ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਸਾਰੀਆਂ ਰਚਨਾਵਾਂ ਨੂੰ ਇਕੱਤਰਤ ਕਰਕੇ ਸੰਸਕ੍ਰਿਤ ਦੇ ਵਿੱਚ ਜੋ ਰਚਨਾਵਾਂ ਸੀ ਜਿਦੇ ਵਿੱਚ 24 অবতার ਦੀ ਬਾਣੀ ਹੈ ਜਿਦੇ ਵਿੱਚ ਜ਼ਫਰਨਾਮਾ ਹੈ ਜਿਦੇ ਵਿੱਚ ਹਕਾਇਤਾਂ ਨੇ ਜ਼ਫਰਨਾਮਾ ਹੈ ਇਤਿਹਾਸ ਸਾਰੀਆਂ ਬਾਣੀਆਂ ਨੇ ਸੰਸਕ੍ਰਿਤ ਦੇ ਵਿੱਚ ਜੋ ਰਚਨਾਵਾਂ ਇਕੱਤਰਤ ਕਰਕੇ ਉਹ ਇੱਕ ਗ੍ਰੰਥ ਦੇ ਵਿੱਚ ਬਣਾ ਦਿੱਤੀਆਂ ਜਿਸ ਨੂੰ ਸਭ ਤੋਂ ਪਹਿਲਾਂ ਨਾਂ ਦਿੱਤਾ ਗਿਆ ਭਾਈ ਮਨੀ ਸਿੰਘ ਸਾਹਿਬ ਨੇ ਨਾਂ ਦਿੱਤਾ ਦਸਵੇਂ ਪਾਤਸ਼ਾਹ ਦਾ ਗ੍ਰੰਥ ਜਿਉਂ-ਜਿਉਂ ਸ੍ਰਿਸ਼ਟੀ ਦੀ ਰਚਨਾ ਤੋਂ ਲੈ ਕੇ ਸ੍ਰਿਸ਼ਟੀ ਦੇ ਅੰਤ ਤੱਕ ਦਾ ਇਤਿਹਾਸ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਕਿਹੜੇ-ਕਿਹੜੇ ਅਵਤਾਰ ਆਏ ਤੇ ਕਿਹੜੇ ਆਉਣ ਵਾਲੇ ਨੇ ਇਹ ਸਾਰਾ ਕੁਝ ਜਿਉਂ-ਜਿਉਂ ਸ੍ਰਿਸ਼ਟੀ ਦੀ ਰਚਨਾ ਤੋਂ ਲੈ ਕੇ ਸ੍ਰਿਸ਼ਟੀ ਦੇ ਅੰਤ ਤੱਕ ਦਾ ਇਤਿਹਾਸ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਕਿਹੜੇ-ਕਿਹੜੇ ਅਵਤਾਰ ਆਏ ਤੇ ਕਿਹੜੇ ਆਉਣ ਵਾਲੇ ਨੇ ਇਹ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਜਿਸ ਵਿਸ਼ੇ ਤੇ ਗੱਲ ਕਰਨੀ ਹੈ ਉਹ ਸ੍ਰੀ ਦਸਮ ਗ੍ਰੰਥ ਸਾਹਿਬ ਇੱਕ ਵਾਰੀ ਆਖੋ ਤਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਦਸਵੇਂ ਪਾਤਸ਼ਾਹ ਦਾ ਗ੍ਰੰਥ ਸ੍ਰੀ ਗੁਰਕਲਗੀ ਧਰ ਦਾ ਗ੍ਰੰਥ ਬਾਜਾਂ ਵਾਲੇ ਮਾਹੀ ਦਾ ਗ੍ਰੰਥ ਸਰਬੰਸਦਾਨੀ ਦਾ ਗ੍ਰੰਥ ਜਿੰਨੇ ਵੀ ਨਾਮ ਲਈਏ ਉਨੇ ਹੀ ਥੋੜੇ ਐ ਇਹਦੀ ਉਪਮਾ ਦੇ ਵਿੱਚ ਇਦੇ ਮੰਗਲ ਦੇ ਵਿੱਚ ਸ੍ਰੀ ਦਸਮ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਦਾ ਗ੍ਰੰਥ ਹੈ ਜਿਸ ਦੇ ਉੱਤੇ ਮੋਹਰ ਲਗਾਈ ਹੈ ਸ਼ਹੀਦ ਪਾਈ ਮਣੀ ਸਿੰਘ ਸਾਹਿਬ ਨੇ ਜੋ ਖੁਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਰਹੇ ਸ੍ਰੀ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਨਾਲ ਰਹੇ ਜਿਨ੍ਹਾਂ ਨੇ ਹਾਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੀੜਾਂ ਲਿਖੀਆਂ ਪਾਈ ਮਣੀ ਸਿੰਘ ਸਾਹਿਬ ਗਵਾਹੀ ਭਰਦੇ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਉੱਤੇ ਮੋਹਰ ਜੋ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹੈ ਜਿਹਦੇ ਵਿੱਚ ਰਚਨਾਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਨੇ ਜਿਹਦੇ ਵਿੱਚ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹੈ ਇਹਦੇ ਉੱਤੇ ਮੋਹਰ ਪਾਈ ਮਣੀ ਸਿੰਘ ਸਾਹਿਬ ਜੀ ਲਾਉਂਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਸਾਰੀਆਂ ਰਚਨਾਵਾਂ ਨੂੰ ਇਕੱਤਰਤ ਕਰਕੇ ਸੰਸਕ੍ਰਿਤ ਦੇ ਵਿੱਚ ਜੋ ਰਚਨਾਵਾਂ ਸੀ ਜਿਹਦੇ ਵਿੱਚ 24 avatars ਦੀ ਬਾਣੀ ਹੈ ਜਿਦੇ ਵਿੱਚ ਜ਼ਫਰਨਾਮਾ ਹੈ ਜਿਦੇ ਵਿੱਚ ਹਕਾਇਤਾਂ ਨੇ ਜ਼ਫਰਨਾਮਾ ਹੈ ਇਤਿਹਾਸ ਸਾਰੀਆਂ ਬਾਣੀਆਂ ਨੇ ਸੰਸਕ੍ਰਿਤ ਦੇ ਵਿੱਚ ਜੋ ਰਚਨਾਵਾਂ ਇਕੱਤਰਤ ਕਰਕੇ ਉਹ ਇੱਕ ਗ੍ਰੰਥ ਦੇ ਵਿੱਚ ਬਣਾ ਦਿੱਤੀਆਂ ਜਿਸ ਨੂੰ ਸਭ ਤੋਂ ਪਹਿਲਾਂ ਨਾਂ ਦਿੱਤਾ ਗਿਆ ਭਾਈ ਮਣੀ ਸਿੰਘ ਸਾਹਿਬ ਨੇ ਨਾਂ ਦਿੱਤਾ ਦਸਵੇਂ ਪਾਤਸ਼ਾਹ ਦਾ ਗ੍ਰੰਥ ਕੀ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗ੍ਰੰਥ ਹੈ ਕਿਸੇ ਨੂੰ ਸ਼ੱਕ ਨਾ ਰਹੇ ਅਸ਼ੰਕਾ ਨਾ ਰਹੇ ਜੇ ਅਸ਼ੰਕਾ ਰਹੇ ਤੇ ਭਾਈ ਮਣੀ ਸਿੰਘ ਸਾਹਿਬ ਕਹਿੰਦੇ ਨੇ ਮੈਂ ਇਹਦੀ ਗਵਾਹੀ ਪਰਦਾ ਮੈਂ ਗਵਾਹ ਹਾਂ ਮੈਂ ਸਾਕਸ਼ੀ ਹਾਂ ਇਹ ਰਚਨਾਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਨੇ ਤੇ ਕਹਿੰਦੇ ਨੇ ਜਿਸ ਵਕਤ ਸ੍ਰੀ ਦਸ਼ਮਕਰਨ ਸਾਹਿਬ ਜੀ ਦੀ ਰਚਨਾ ਕੀਤੀ ਭਾਈ ਮਨੀ ਸਿੰਘ ਸਾਹਿਬ ਨੇ ਉਸ ਤੋਂ ਬਾਅਦ ਜਲ ਸ਼ਹੀਦੀ ਹੋਣ ਲੱਗੀ ਹੈ ਲਾਹੌਰ ਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਦੀ ਭਾਈ ਮਨੀ ਸਿੰਘ ਸਾਹਿਬ ਜੀ ਦੀ ਤਕਰੀਬਨ ਸ਼ਹੀਦੀ ਹੋਈ ਹੈ ਸੰਮਤ 1794 ਦੇ ਵਿੱਚ ਤੇ ਜਿਸ ਵਕਤ ਸ਼ਹੀਦੀ ਹੁੰਦੀ ਹੈ ਉਸ ਵਕਤ ਭਾਈ ਮਨੀ ਸਿੰਘ ਸਾਹਿਬ ਇਸ 10ਵੇਂ ਪਾਤਸ਼ਾਹ ਦੇ ਗ੍ਰੰਥ ਨੂੰ ਸ੍ਰੀ ਦਸ਼ਮ ਗ੍ਰੰਥ ਦਾ ਨਾਮ ਦੇ ਦਿੰਦੇ ਨੇ ਸਾਕਸ਼ੀ ਨੇ ਬਿਲਕੁਲ ਉਸ ਵਕਤ ਇਹ ਸ੍ਰੀ ਦਸ਼ਮ ਗ੍ਰੰਥ ਸਾਹਿਬ ਸਾਬੋ ਕੀ ਤਲਮੰਡੀ ਤਖਤ ਸ੍ਰੀ ਦਮਦਮਾ ਸਾਹਿਬ 'ਤੇ ਪੇਚਿਆ ਗਿਆ ਉਸ ਵਕਤ ਵੀ ਤਰਕਵਾਦੀ ਮੌਜੂਦ ਸਨ ਤਰਕ ਕੀਤੀ ਕਿ ਇਹ ਗੁਰੂ ਗੋਬਿੰਦ ਸਿੰਘ ਦੀਆਂ ਰਚਨਾਵਾਂ ਨਹੀਂ ਹੋ ਸਕਦੀਆਂ ਚਰিত্রਾਂ ਦੇ ਉੱਤੇ ਗੱਲ ਉੱਠੀ ਜੋ 404 ਚਰਿੱਤਰ ਲਿਖੇ ਨੇ ਚਰਿੱਤਰਾਂ ਤੋਂ ਹੀ ਗੱਲ ਸ਼ੁਰੂ ਹੋਈ ਜ਼ਫਰਨਾਮੇ ਤੋਂ ਗੱਲ ਸ਼ੁਰੂ ਹੋਈ ਹੋਰ ਬੜੀਆਂ ਐਸੀਆਂ ਬਾਣੀਆਂ ਤੋਂ ਗੱਲ ਸ਼ੁਰੂ ਹੋਈ ਤੇ ਉਸ ਵਕਤ ਖਾਲਸਾ ਦੀਵਾਨ ਦੇ ਵਿੱਚ ਇਹ ਨਿਰਣਾ ਲੇਤਾ ਗਿਆ ਕਿ ਇਸ ਚਰਿੱਤਰਾਂ ਨੂੰ ਇਸ ਗ੍ਰੰਥ ਤੋਂ ਦੂਰ ਕੀਤਾ ਜਾਏ ਜ਼ਫਰਨਾਮੇ ਨੂੰ ਦੂਰ ਕੀਤਾ ਜਾਏ ਹਕਾਇਤਾਂ ਨੂੰ ਦੂਰ ਕੀਤਾ ਜਾਏ ਜੋ ਕਿ 11 ਹਕਾਇਤਾਂ ਨੇ ਤੇ ਉਸ ਵਕਤ ਕਹਿੰਦੇ ਨੇ 1794 ਦੇ ਵਿੱਚ ਸੰਮਤ ਸੰਮਤ 1794 ਦੇ ਵਿੱਚ ਜਦੋਂ ਪਾਈਮਣੀ ਸਿੰਘ ਸਾਹਿਬ ਦੀ ਸ਼ਹੀਦੀ ਹੁੰਦੀ ਹੈ ਉਸ ਵਕਤ ਇਹ ਜੋ ਇਕੱਤਰਤ ਗ੍ਰੰਥ ਸੀ ਦਸਵੇਂ ਪਾਸ਼ਾ ਦਾ ਗ੍ਰੰਥ ਜਿਸ ਨੂੰ ਪਹਿਲਾ ਨਾਮ ਦਿੱਤਾ ਇਹ ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਤੇ ਵਿੱਚ ਦਰਜ ਕਰ ਦਿੱਤਾ ਜਿਸ ਦੇ ਉੱਤੇ ਕੋਈ ਵੀ ਅਸ਼ੰਕਾ ਨਹੀਂ ਕੋਈ ਟਿੱਪਣੀ ਨਹੀਂ ਅੱਜ ਕੱਲ੍ਹ ਦੇ ਵਿਦਵਾਨ ਬਹੁਤ ਉੱਠਦੇ ਨੇ ਕਿ ਅਸੀਂ ਦਸਮ ਗ੍ਰੰਥ ਨੂੰ ਨਹੀਂ ਮੰਨਦੇ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੋ ਸਕਦੀ ਪਰ ਉਸ ਵਕਤ ਵੀ ਕੁਝ ੁੱਠੇ ਸਨ ਵਿਦਵਾਨ ਬੁੱਧੀਜੀਵੀ ਫਿਲਾਸਫਰ ਜਤੀ ਸਤੀ ਯੋਗੀ ਤੇ ਸਾਧੂ ਉਹਨਾਂ ਨੇ ਵੀ ਤਰਕ ਕੀਤਾ ਸੀ ਕਿ ਭਾਈ ਮਨੀ ਸਿੰਘ ਸਾਹਿਬ ਨੇ ਇਹ ਜੋ ਰਚਨਾਵਾਂ ਇਹਦੇ ਵਿੱਚ ਦਰਜ ਕਰ ਦਿੱਤੀਆਂ ਨੇ ਇਹਨਾਂ ਤਿੰਨ ਰਚਨਾਵਾਂ ਨੂੰ ਵੱਖਰਾ ਕੀਤਾ ਜਾਵੇ ਉਹ ਤਿੰਨ ਰਚਨਾਵਾਂ ਕਿਹੜੀਆਂ ਸੀ ਪਹਿਲੇ ਤਾਂ ਚਰਿੱਤਰ ਜੋ ਇਸਤਰੀ ਤੇ ਪੁਰਸ਼ ਦੀਆਂ ਰੋਚਕ ਕਥਾਵਾਂ ਨੇ ਦੂਸਰਾ ਜ਼ਫਰਨਾਮਾ ਤੀਸਰਾ 11 ਹਕਾਇਤਾਂ ਇਹਨਾਂ ਨੂੰ ਦੂਰ ਰੱਖਿਆ ਜਾਵੇ ਜਦ ਉਸ ਵਕਤ ਖਾਲਸਾ ਦੀਵਾਨ ਦੇ ਵਿੱਚ ਇਹ ਨਿਰਣਾ ਲਿੱਤਾ ਗਿਆ ਕਿ ਇਹ ਤਿੰਨ ਰਚਨਾਵਾਂ ਸ੍ਰੀ ਦਸ਼ਮ ਗ੍ਰੰਥ ਸਾਹਿਬ ਦੇ ਵਿੱਚੋਂ ਦਸਵੇਂ ਪਾਸ਼ਾ ਕਾ ਜੋ ਗ੍ਰੰਥ ਹੈ ਇਹਦੇ ਵਿੱਚੋਂ ਦੂਰ ਕੀਤਾ ਜਾਵੇ ਤਾਂ ਉਸ ਵਕਤ ਕਹਿੰਦੇ ਨੇ ਭਾਈ ਮਹਿਤਾਬ ਸਿੰਘ ਜੀ ਜੋ ਇੱਕ ਆਪਣੇ ਆਪ ਦੇ ਵਿੱਚ ਹੀ ਸੂਰਮੇ ਬਹਾਦਰ ਨੇ ਮਹਾਨ ਵਿਦਵਾਨ ਨੇ ਪੰਡਤ ਨੇ ਗਿਆਨੀ ਨੇ ਦਾਰਸ਼ਨਿਕ ਨੇ ਜਤੀ ਸਤੀ ਨੇ ਉਹਨਾਂ ਨੇ ਇਹ ਆਵਾਜ਼ ਜਦ ਸੁਣੀ ਕਿ ਭਾਈ ਮਨੀ ਸਿੰਘ ਸਾਹਿਬ ਜੀ ਦੀ ਜੋ ਰਚਨਾ ਹੈ ਉਸ ਨੂੰ ਜਿਉਂ ਦਾ ਤਿਉਂ ਹੀ ਰੱਖ ਦਿੱਤਾ ਜਾਏ ਇਹ ਆਵਾਜ਼ ਭਾਈ ਮਹਿਤਾਬ ਸਿੰਘ ਨੇ ਉਠਾਈ ਸੀ ਉਹਨਾਂ ਨੇ ਕਿਹਾ ਕਿ ਵੀ ਇਹ ਤਿੰਨ ਰਚਨਾਵਾਂ ਨੂੰ ਵਖਰਾ ਨਾ ਕੀਤਾ ਜਾਏ ਕਿਉਂਕਿ ਅਸੀਂ ਬਹੁਤੇ ਸਿਆਣੇ ਨਹੀਂ ਆ ਭਾਈ ਮਨੀ ਸਿੰਘ ਸਾਹਿਬ ਸਾ ਜਿਆਦਾ ਮਹਾਪੁਰਸ਼ ਨੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਰਹੇ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੈ ਅਸੀਂ ਭਾਈ ਮਨੀ ਸਿੰਘ ਸਾਹਿਬ ਤੋਂ ਉੱਪਰਲੇ ਦਰਜੇ ਦੇ ਗਿਆਨੀ ਨਹੀਂ ਹੋ ਸਕਦੇ ਜਿਨ੍ਹਾਂ ਨੇ ਤਾਂ ਉਮਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਹੰਡਾਈ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪੂਰਨਤਾ ਕਰਾਈ ਤੇ ਉਸ ਵਿਦਵਾਨ ਦੇ ਉੱਤੇ ਅਸੀਂ ਉਂਗਲ ਚੁੱਕੀਏ ਇਹ ਸਾਨੂੰ ਸ਼ੋਭਾ ਨਹੀਂ ਦਿੰਦਾ ਇਹ ਭਾਈ ਮਹਿਤਾਬ ਸਿੰਘ ਨੇ ਆਵਾਜ਼ ਉਠਾਈ ਤੇ ਭਾਈ ਮਹਿਤਾਬ ਸਿੰਘ ਨੇ ਆਖਿਆ ਕਿ ਜੇਕਰ ਤੁਸੀਂ ਇਹ ਤਿੰਨ ਰਚਨਾਵਾਂ ਵੱਖਰੀਆਂ ਕਰਨੀਆਂ ਹੀ ਨੇ ਤਾਂ ਫਿਰ ਮੇਰੀ ਇੱਕ ਸ਼ਰਤ ਹੈ ਉਹ ਸ਼ਰਤ ਕੀ ਸੀ ਉਹ ਸ਼ਰਤ ਕੀ ਸੀ 1797 ਦੇ ਵਿੱਚ ਜਦ ਸ੍ਰੀ ਦਰਬਾਰ ਸਾਹਿਬ ਦੀ ਅੰਦਰ ਬੇਦਬੀ ਕਰਦਾ ਮੱਸਾ ਰੰਗੜਾ ਕੰਜਰੀਆਂ ਚਾਹ ਕੇ ਸ਼ਰਾਬ ਪੀ ਕੇ ਹੁੱਲੜਬਾਜੀ ਕਰਕੇ ਆਪਣਾ ਕਬਜ਼ਾ ਕਰਕੇ ਤਾਂ ਭਾਈ ਮਹਤਾਬ ਸਿੰਘ ਨੇ ਆਵਾਜ਼ ਉਠਾਈ ਸੀ ਕਿ ਇਸ ਖਾਲਸਾ ਦੀਵਾਨ ਦੇ ਵਿੱਚ ਜੇਕਰ ਨਿਰਣਾ ਨਹੀਂ ਹੋਇਆ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਤੇ ਹੁਣ ਨਿਰਣਾ ਹੋਏਗਾ ਜੇਕਰ ਮੈਂ ਮਸੇ ਰੰਗੜ ਦਾ ਸਿਰ ਲਿਆ ਕੇ ਉਹਦਾ ਸਿਰ ਲਾ ਕੇ ਤੇ ਸ੍ਰੀ ਹਰਮੰਦਰ ਸਾਹਿਬ ਦੀ ਬੇਦਬੀ ਹੁਣ ਤੋਂ ਨਹੀਂ ਰੋਕ ਸਕਿਆ ਜਾਂ ਮੈਂ ਵਾਪਸ ਨਾ ਮੁੜਿਆ ਜਾਂ ਮੈਂ ਉੱਥੇ ਸ਼ਹੀਦ ਹੋ ਗਿਆ ਤਾਂ ਤੁਸੀਂ ਇਹ ਤਿੰਨ ਰਚਨਾਵਾਂ ਇਹਦੇ ਵਿੱਚੋਂ ਕੱਢਦੇ ਹੋ ਇਸ ਤੋਂ ਫੈਸਲਾ ਹੋ ਗਿਆ ਸਦਾ ਕਿ ਇਹ ਤਿੰਨ ਰਚਨਾਵਾਂ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਹੀ ਨੇ ਜਿਨ੍ਹਾਂ ਦੇ ਉੱਤੇ ਸਵਾਲ ਅਕਸਰ ਚੁੱਕਿਆ ਜਾਂਦਾ ਹੈ ਕਈ ਵਿਦਵਾਨ ਚੁੱਕਦੇ ਨੇ ਬੜੇ ਬੜੇ ਮੈਨੂੰ ਸਿਰਫ ਇੱਕੋ ਨਾਮ ਪਤਾ ਹੈ ਨਿਊਜ਼ੀਲੈਂਡ ਵਾਲਾ ਨੇਕੀ ਤੇ ਹੁਣ ਪਹਿਲੇ ਤਾਂ ਚੰਗਾ ਪ੍ਰਚਾਰ ਕਰਦੇ ਰਹੇ ਨੇ ਇਹ ਰੰਜੀਤ ਸਿੰਘ ਜੀ ਢੜੀਆਂ ਵਾਲੇ ਟਡਰੀਆਂ ਵਾਲਿਆਂ ਨੇ ਵੀ ਇਸ ਦੇ ਉੱਤੇ ਹੁਣ ਸਵਾਲ ਚੁਕਣਾ ਸ਼ੁਰੂ ਕਰ ਦਿੱਤਾ ਹੈ ਪਰ ਇਹਨਾਂ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਹੈ ਟਡਰੀਆਂ ਵਾਲਿਆਂ ਨੂੰ ਨੇਕੀ ਨੂੰ ਤੇ ਹੋਰ ਇੱਕ ਦੋ ਜਣੇ ਨੇ ਜਿਵੇਂ ਮੈਨੂੰ ਨਾਮ ਨਹੀਂ ਚੇਤੇ ਆ ਰਿਹਾ ਪਰ ਤੁਸੀਂ ਬਖੂਬੀ ਤਰੀਕੇ ਨਾਲ ਜਾਣਦੇ ਹੋ ਕਿ ਵੀ ਕਿਹੜੇ-ਕਿਹੜੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਰੋਧੀ ਨੇ ਉੱਥੇ ਫਿਰ ਭਾਈ ਮਹਿਤਾਬ ਸਿੰਘ ਨੇ ਆਖਿਆ ਕਿ ਜੇਕਰ ਮੈਂ ਮਸੇ ਰੰਗੜ ਦਾ ਸਿਰ ਲਿਆ ਕੇ ਤੁਹਾਡੇ ਕੋਲ ਪੇਸ਼ਕਾਰੀ ਨਹੀਂ ਕਰ ਸਕਿਆ ਤਾਂ ਫਿਰ ਤੁਸੀਂ ਇਸ ਦਸ ਸ੍ਰੀ ਦਸਮ ਗ੍ਰੰਥ ਸਾਹਿਬ ਨੂੰ ਪਰਮਾਨਕ ਨਾ ਦੇਣਾ ਇਸ ਸ੍ਰੀ ਦਸਮ ਗ੍ਰੰਥ ਸਾਹਿਬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗ੍ਰੰਥ ਨਾ ਮੰਨਣਾ ਪਰ ਜਦੋਂ ਕਹਿੰਦੇ ਨੇ ਨਾ ਸਿੱਖੀ ਦੀ ਲਾਜ ਸਿਰਫ ਗੁਰੂ ਹੀ ਰੱਖ ਸਕਦਾ ਹੈ ਸਾਡੇ ਕੋਲੇ ਨਹੀਂ ਸਮਰੱਥਾ ਨਹੀਂ ਕਿ ਅਸੀਂ ਸਿੱਖੀ ਨੂੰ ਨਿਵਾ ਸਕੀਏ ਅਸੀਂ ਆਪਣੇ ਗੁਰੂਆਂ ਦੇ ਕਹੇ ਹੋਏ ਬਚਨਾਂ ਦੇ ਉੱਤੇ ਚੱਲ ਸਕੀਏ ਸਾਡੇ ਕੋ ਸਮਰੱਥਾ ਨਹੀਂ ਗੁਰੂ ਆਪ ਹੀ ਦਿਮਾਗ ਦੇ ਵਿੱਚ ਪਾਉਂਦਾ ਹੈ ਗੁਰੂ ਆਪ ਹੀ ਸਭ 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 ਕੰਮ ਕਰਦਾ ਹੈ ਗੁਰੂ ਆਪ ਹੀ ਸਹਾਈ ਹੁੰਦਾ ਹੈ ਫਿਰ ਸਾਡੇ ਕੋ ਬੁੱਧੀ ਆਉਂਦੀ ਹੈ ਸੇਰ ਸਾਡੇ ਕੋ ਸਮਝ ਆਉਂਦੀ ਹੈ ਗਿਆਨ ਆਉਂਦਾ ਵਿਗਿਆਨ ਆਉਂਦਾ ਤੇ ਉਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਪਣੀਆਂ ਰਚਨਾਵਾਂ ਦੇ ਉੱਤੇ ਟਿੱਪਣੀਆਂ ਕਰਦੇ ਲੋਕਾਂ ਦਾ ਜੋ ਵਿਸ਼ਵਾਸ ਡੋਲਿਆ ਲੋਕਾਂ ਦਾ ਵਿਸ਼ਵਾਸ ਨਹੀਂ ਸੀ ਕਿ ਇਹ ਰਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਤੇ ਮਹਾਰਾਜ ਨੇ ਆਪਣੇ ਰਚਨਾਵਾਂ ਦੀ ਆਪ ਲਾਜ ਰੱਖੀ ਤੇ ਪਾਈ ਮਹਿਤਾਬ ਸਿੰਘ ਹੋਰਾਂ ਨੇ ਮਸੇ ਰੰਗੜ ਦਾ ਸਿਰ ਲਾ ਕੇ ਪੇਸ਼ਕਸ਼ ਕਰ ਦਿੱਤਾ ਤੇ ਕਹਿ ਦਿੱਤਾ ਕਿ ਹੁਣ ਕਿਸੇ ਦੀ ਜ਼ਰਤ ਨਹੀਂ ਮੈਂ ਆਪਣਾ ਬਚਨ ਨਵਾਇਆ ਹੁਣ ਕਿਸੇ ਦੀ ਜ਼ਰਤ ਨਹੀਂ ਕੀ ਇਹ ਤਿੰਨ ਰਚਨਾਵਾਂ ਨੂੰ ਇਸ ਦਸਵੇਂ ਪਾਤਸ਼ਾਹ ਦੇ ਗ੍ਰੰਥ ਤੋਂ ਕੋਈ ਵੱਖਰਾ ਕਰ ਸਕੇ ਮੈਂ ਆਪਣਾ ਬਚਨ ਨਵਾਇਆ ਜੇ ਮੈਂ ਸ਼ਹੀਦ ਹੋ ਜਾਂਦਾ ਤੇ ਤੁਸੀਂ ਕਰ ਦਿੰਦੇ ਇਹ ਪਾਈ ਮਹਤਾਬ ਸਿੰਘ ਨੇ ਆਵਾਜ਼ ਉਠਾਈ ਫਿਰ ਇਸ ਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਸ੍ਰੀ ਦਸਮ ਗ੍ਰੰਥ ਨੂੰ ਪ੍ਰਮਾਣਿਕ ਦਿੱਤਾ ਪਾਈ ਮਣੀ ਸਿੰਘ ਸਾਹਿਬ ਨੇ ਦਿੱਤਾ ਤੇ ਪਟਨਾ ਸਾਹਿਬ ਦੇ ਹੈਡ ਗ੍ਰੰਥੀ ਪਾਈ ਸੁਖਾ ਸਿੰਘ ਨੇ ਵੀ ਇਸ ਨੂੰ ਪ੍ਰਮਾਣਿਕ ਦਿੱਤਾ ਉਹਨਾਂ ਨੇ ਵੀ ਇੱਕ ਵੱਖਰੀ ਵੱਖਰਾ ਗ੍ਰੰਥ ਲਿਖਿਆ ਜੋ ਕਿ ਰਚਨਾਵਾ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਹੀ ਨੇ ਜੋ ਰਚਨਾਮਾ ਜੋ ਸ੍ਰੀ ਦਸਮ ਗ੍ਰੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੀ ਹੈ ਇਹ ਤਿੰਨ ਮਹਾਂਪੁਰਸ਼ਾਂ ਦਾ ਨਾਮ ਆਉਂਦਾ ਹੈ ਭਾਈ ਮਨੀ ਸਿੰਘ ਸਾਹਿਬ ਬਾਬਾ ਦੀਪ ਸਿੰਘ ਜੀ ਤੇ ਭਾਈ ਸੁਖਾ ਸਿੰਘ ਜੀ ਹੈਡ ਗ੍ਰੰਥੀ ਪਟਨਾ ਸਾਹਿਬ ਉਹ ਉਸ ਵਕਤ ਦੇ ਜਿਹਦੇ ਵਿੱਚ ਉਹਨਾਂ ਨੇ ਚੰਡੀ ਚਰਿੱਤਰ ਸ਼ਾਮਿਲ ਕੀਤਾ ਚੌ ਬੋਲੇ ਸ਼ਾਮਤ ਕੀਤ ਸ਼ਾਮਿਲ ਕੀਤੇ ਤੇ ਹੋਰ ਵੀ ਚੀਜ਼ਾਂ ਜਿਹੜੀਆਂ ਰਹਿ ਗਈਆਂ ਸੀ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਉਹ ਭਾਈ ਸੁਖਾ ਸਿੰਘ ਹੋਰਾਂ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਕੀਤੀਆਂ ਇਸ ਦਾ ਸਰੋਤ ਪਾਈਕਾਨ ਸਿੰਘ ਜੀ ਨਾਬਾ ਨੇ ਮਹਾਨ ਕੋਸ਼ ਤੇ ਵਿੱਚ ਲਿਖ ਦਿੱਤਾ ਹੈ ਤੇ ਸਾਨੂੰ ਹੁਣ ਕੋਈ ਅਸ਼ੰਕਾ ਨਹੀਂ ਹੋਣਾ ਚਾਹੀਦਾ ਕਿ ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨਹੀਂ ਤੇ ਜਿਸ ਕਿਸੇ ਨੂੰ ਵੀ ਅਸ਼ੰਕਾ ਹੈ ਮੇਰੇ ਨਾਲ ਸਿੱਧੀ ਲਾਈਵ ਡਿਬੇਟ ਵਰਲਡ ਦੇ ਕਿਸੇ ਵੀ ਕੋਨੇ ਦੇ ਵਿੱਚ ਕਰ ਸਕਦਾ ਹੈ ਕਿਸੇ ਵੀ ਚੈਨਲ ਦੇ ਉੱਤੇ ਕਰ ਸਕਦਾ ਹੈ ਸੋ ਅੱਜ ਦਾ ਇਤਿਹਾਸ ਸ੍ਰੀ ਦਸਮ ਗ੍ਰੰਥ ਸ੍ਰੀ ਦਸਮ ਗ੍ਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗ੍ਰੰਥ ਬਾਜਾ ਵਾਲੇ ਮਾਹੀ ਦਾ ਗ੍ਰੰਥ ਤੇ ਸਰਬੰਸਦਾਨੀ ਦਾ ਗ੍ਰੰਥ ਅਸੀਂ ਇਸ ਨੂੰ ਮੰਨੀਏ ਇਸ ਨੂੰ ਮੰਨ ਕੇ ਸਿਰ ਚੁਕਾਈਏ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਿਰ ਝੁਕਾਉਂਦੇ ਆ ਜੀਵਨ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਤੇ ਇਤਿਹਾਸ ਸਾਡਾ ਸ੍ਰੀ ਦਸਮ ਗ੍ਰੰਥ ਸਾਹਿਬ ਹੈ ਜਿਉਂ-ਜਿਉਂ ਸ੍ਰਿਸ਼ਟੀ ਦੀ ਰਚਨਾ ਤੋਂ ਲੈ ਕੇ ਸ੍ਰਿਸ਼ਟੀ ਦੇ ਅੰਤ ਤੱਕ ਦਾ ਇਤਿਹਾਸ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਕਿਹੜੇ-ਕਿਹੜੇ ਅਵਤਾਰ ਆਏ ਤੇ ਕਿਹੜੇ ਆਉਣ ਵਾਲੇ ਨੇ ਇਹ ਸਾਰਾ ਕੁਝ ਦਰਜ ਕਰ ਦਿੱਤਾ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਹੁਣ ਮੈਨੂੰ ਲੱਗਦਾ ਕੋਈ ਅਸ਼ੰਕਾ ਨਹੀਂ ਤੁਹਾਡੇ ਮਨ ਦੇ ਵਿੱਚ ਹੈ ਕਿ ਇਹ ਦਸਮ ਗ੍ਰੰਥ ਕਿੱਥੋਂ ਆਇਆ ਸ੍ਰੀ ਦਸਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਗ੍ਰੰਥ ਹੈ ਜਾਂ ਨਹੀਂ ਮੈਨੂੰ ਲੱਗਦਾ ਇਹ ਗੱਲ ਕਲੀਅਰ ਹੋ ਗਈ ਹੋਵੇਗੀ ਪਾਈ ਮਣੀ ਸਿੰਘ ਸਾਹਿਬ ਦੇ ਸਬੂਤ ਨਾਲ ਬਾਬਾ ਦੀਪ ਸਿੰਘ ਸਾਹਿਬ ਦੇ ਤੇ ਭਾਈ ਸੁੱਖਾ ਸਿੰਘ ਜੀ ਦੇ ਸੂਈਸ ਵਾਸਤੇ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਿਰਕ ਉਰਫ ਗੋਹਰ ਤੇ ਇਸੇ ਤਰ੍ਹਾਂ ਹੀ ਰੋਚਕ ਤੱਤ ਤੇ ਪੁਰਾਤਨ ਇਤਿਹਾਸ ਸੱਚਾ ਇਤਿਹਾਸ ਜੋ ਕਿ ਸਬੂਤ ਦੇ ਅਨੁਸਾਰ ਜੇਕਰ ਇਹ ਦਸਮ ਗ੍ਰੰਥ ਦਾ ਸਬੂਤ ਪੜਨਾ ਹੋਵੇ ਤੇ ਮਹਾਨ ਕੋਸ਼ ਤੇ ਵਿੱਚ ਪੜ ਸਕਦੇ ਹੋ ਭਾਈ ਕਾਨ ਸਿੰਘ ਜੀ ਨਾ ਬਾਣੇ ਲਿਖ ਦਿੱਤਾ ਸ੍ਰੀ ਦਸਮ ਗ੍ਰੰਥ ਇੱਕ ਵਾਰੀ ਆਖੋ ਤਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਮੈਨੂੰ ਦੇ ਉਜ਼ਾਜ਼ਤ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ